नमस्कार दोस्तों, फैक्टेई में आपका स्वागत है। मैं हूं आपके साथ विशाल बजाज। रियल फैक्ट जान रहे हैं डेरा सच्चा सौदा के बारे में, सेंट डॉक्टर गुरमीत राम रहीम सिंह इंसा जी के बारे में, समाज का क्या कहना है आज उनके बारे में जानते हैं डायरेक्ट लोगों से। नमस्कार सर, क्या नाम है आपका? आपका नाम जी बहादुर सिंह इंसा। बहादुर सिंह जी, डेरा सच्चा सौदा बारे, सेंट डॉक्टर गुरमीत राम रहीम सिंह इंसा जी के बारे तुम की जानते हो, की कहना चाहोगे? असीं तां इही कहना जानते हैं जी ਵੀ ਪਹਿਲਾਂ ਅੱਜ ਤੋਂ ਪਹਿਲਾਂ ਅਸੀਂ 2000 ਸਨ 'ਚ ਨਾਮ ਲਿਆ ਸੀ। ਉਸ ਤੋਂ ਪਹਿਲਾਂ ਪਸ਼ੂਆਂ ਵਾਲੀ ਜ਼ਿੰਦਗੀ ਸੀ। ਅੱਜ ਸਾਨੂੰ ਪਤਾ ਲੱਗ ਗਿਆ ਵੀ ਜ਼ਿੰਦਗੀ ਕੀ ਚੀਜ਼ ਆ, ਜੋ ਸਾਨੂੰ ਗੁਰੂਆਂ ਨੇ ਸਿਕਸ਼ਾ ਦਿੱਤੀ ਆ ਵੀ ਭਲੇ ਦੇ ਕੰਮ ਕਰਨੇ ਨੇ, ਅੱਛੇ ਕੰਮ ਕਰਨੇ ਨੇ, ਕਿਸੇ ਦਾ ਬੁਰਾ ਨਹੀਂ ਕਰਨਾ। 21 ਸਾਲ ਹੋ ਚੁੱਕੇ ਹੈ ਆਪਕੋ ਡੇਰਾ ਸੇ ਜੁੜੇ ਹੋਏ, ਹਾਂਜੀ, ਤੋ ਕਿਆ ਮਤਲਬ ਕਿਆ ਲੱਗਤਾ ਹੈ ਕਿ ਕਿਸ ਤਰ੍ਹਾਂ ਕਾ ਆਪਕੋ ਯਹਾਂ ਕੇ ਮਾਹੌਲ ਲਗਾ ਔਰ ਕਿਆ ਬਦਲਾਵ ਆਏ ਆਪਕੀ ਜ਼ਿੰਦਗੀ ਮੇਂ? ਮਾਹੌਲ ਤਾਂ ਜੀ ਐਸੇ ਵੀ ਸਾਨੂੰ ਬਹੁਤ ਅੱਛਾ ਲੱਗਿਆ, ਤਾਂ ਆਉਂਦੇ ਹਾਂ ਅਤੇ ਵੱਧ ਤੋਂ ਵੱਧ ਸੰਗਤ 'ਤੇ ਜੁੜ ਰਹੀ ਆ, ਜੁੜ ਤਾਂ ਰਹੀ ਆ ਵੀ ਜੋ ਵੀ ਧਰਤੀ 'ਤੇ ਗੁਰੂ ਆਉਂਦਾ ਅਤੇ ਉਹ ਭਲੇ ਵਾਸਤੇ ਆਉਂਦਾ ਹੈ ਜੀ। ਜੇ ਜੋ ਲੋਕ ਸੰਸਾਰ ਆ ਉਹ ਆਪਦੀ ਆਪਦੀ ਮਤਲਬ ਉਸ 'ਤੇ ਚੱਲਦੇ ਰਹਿੰਦੇ ਆ, ਅਤੇ ਜੇ ਗੁਰੂ ਆਉਂਦੇ ਨੇ ਉਹ ਦੁਨੀਆ ਨੂੰ ਤਾਰਨ ਵਾਸਤੇ ਆਉਂਦੇ ਨੇ ਅਤੇ ਮਾਰਨ ਵਾਸਤੇ ਨਹੀਂ ਆਉਂਦੇ, ਅਤੇ ਉਹ ਸਿੱਧੇ ਰਸਤੇ ਪਾਉਣਗੇ, ਗਲਤ ਨਹੀਂ ਕਦੇ ਵੀ ਜੀ ਸਮਝਾਉਂਦੇ। ਸਮਾਜ ਕੀ ਅਗਰ ਹਮ ਬਾਤ ਕਰਤੇ ਹੈ, ਸਮਾਜ ਕੇ ਲੀਏ, ਦੇਸ਼ ਕੇ ਲੀਏ ਗੁਰੂ ਜੀ ਕਾ ਕਿਆ ਯੋਗਦਾਨ ਰਹਾ ਹੈ? ਦੇਸ਼ ਕੇ ਲੀਏ ਤਾਂ ਜੀ ਬਹੁਤ ਜ਼ਿਆਦਾ ਮਤਲਬ ਹੋਆ ਵੀ ਜੋ ਵੀ ਅੱਜ ਸਮਾਜ ਨਸ਼ਿਆਂ ਮੇਂ ਡੁੱਬ ਰਿਹਾ, ਗੁਰੂ ਦੇ ਹੁੰਦੇ ਬਹੁਤ ਜ਼ਿਆਦਾ ਪ੍ਰਭਾਵ ਹੋ ਗਿਆ ਸੀ, ਅਤੇ ਹੁਣ ਫਿਰ ਉਹੀ ਹਾਲ ਆ ਵੀ ਛੇਤੀ ਛੇਤੀ ਜੇ ਗੁਰੂ ਹੁੰਦੇ ਵੀ ਇੱਥੇ ਤੱਕ ਨਾ ਜਾਂਦਾ ਕੰਮ, ਜੇ ਦੁਨੀਆ ਨਸ਼ੇ ਮੇਂ ਵੱਧ ਤੋਂ ਵੱਧ ਬਹੁਤ ਡੁੱਬ ਰਹੀ, ਬਹੁਤ ਜ਼ਿਆਦਾ ਗਲਤ ਕੰਮ ਹੋ ਰਹੇ ਨੇ। ਗੁਰੂ ਨੇ ਬਹੁਤ ਜ਼ਿਆਦਾ ਰੋਕ ਲਾ ਦਿੱਤੀ ਅਤੇ ਇਸ ਰੋਕ ਕਰਕੇ ਹੀ ਬਹੁਤ ਦੁਨੀਆ ਦੂਜੇ ਲੋਟ ਹੋਈ ਆ ਵੀ ਇਹਨਾਂ ਦਾ ਰਸਤਾ ਰੋਕਿਆ ਜਾਵੇ। ਜੀ ਜੀ ਹਾਂ ਸਰ, ਅਗਰ ਹਮ ਬਾਤ ਕਰਤੇ ਹੈ ਡੇਰੇ ਕੇ ਅੰਦਰ ਕਿਸ ਧਰਮ ਕੇ ਲੋਕ ਆਤੇ ਹੈ, ਗੁਰੂ ਜੀ ਕਿਸ ਧਰਮ ਕੀ ਸਿਕਸ਼ਾ ਦਿੱਤੇ ਹੈ? ਦੇਖੋ ਜੀ, ਪੂਰੇ ਸਾਰੇ ਧਰਮਾਂ ਦੇ ਆਉਂਦੇ ਨੇ, ਹਿੰਦੂ, ਮੁਸਲਿਮ, ਸਿੱਖ, ਇਸਾਈ, ਪੂਰੇ ਉਹ ਕਿਹੜਾ ਬੰਦਾ ਨਹੀਂ ਵੀ ਜਿਹੜਾ ਆਉਂਦਾ ਨਹੀਂ, ਸਾਰੇ ਧਰਮਾਂ ਦੀ, ਚਾਰੇ ਧਰਮਾਂ ਦਾ ਸਤਿਕਾਰ ਕਰਿਆ ਜਾਂਦਾ। ਗੁਰੂ ਜੀ ਇਹ ਸਿਕਸ਼ਾ ਦਿੰਦੇ ਨੇ ਵੀ ਕਿਸੇ ਨੂੰ ਬਿਲਕੁਲ ਨਹੀਂ ਮਤਲਬ ਗਲਤ ਕਹਿਣਾ, ਜੇ ਕੋਈ ਆਪਾਂ ਨੂੰ ਕਹਿ ਰਿਹਾ ਕਹਿਣ ਦਿਉ, ਅਤੇ ਉਹ ਕਿਸੇ ਨੂੰ ਮਤਲਬ ਮਾੜਾ ਨਹੀਂ ਕਹਿਣਾ। ਜੀ ਜੀ ਹਾਂਜੀ, ਓਕੇ। 4 ਸਾਲ ਹੋ ਚੁੱਕੇ ਹੈ ਗੁਰੂ ਜੀ ਸਮਾਜ ਕੇ ਵਿੱਚ ਨਹੀਂ ਹੈ, ਤੋ ਸਮਾਜ ਪਰ ਕਿਆ ਪ੍ਰਭਾਵ ਪੜ ਰਿਹਾ ਹੈ? ਪ੍ਰਭਾਵ ਤੋਂ ਜੀ ਬਹੁਤ ਗਲਤ ਪੜ ਰਿਹਾ, ਨਸ਼ਾ ਵੀ ਵੱਧ ਰਿਹਾ, ਤੋ ਜਿਹੜੇ ਜੁੜੇ ਹੋਏ ਨੇ ਤੋ ਉਹ ਐਸੇ ਨੇ ਤਰ੍ਹਾਂ ਨੇ ਵੀ ਜਿਵੇਂ ਮਸਲੀ ਪਾਣੀ ਬਿਨਾਂ ਤੜਪਦੀ ਹੋਤੀ ਹੈ ਨਾ, ਅਤੇ ਜੋ ਉਸ ਕੇ ਮਤਲਬ ਨਾਮਦਾਨ ਲਿਆ ਵਾ, ਸਿਮਨ ਕਰਦੇ ਨੇ, ਉਸ ਨੂੰ ਯਾਦ ਕਰਦੇ ਨੇ, ਅਤੇ ਉਹਨਾਂ 'ਚ ਵੱਸਦਾ ਜਿਹਨੂੰ ਰੰਗ ਚੜਿਆ ਵਾ ਉਹ ਮਸਲੀ ਵਾਂਗੂ ਤੜਫ ਰਿਹਾ ਹਰ ਜੀਵ ਗੁਰੂ ਕੇ ਬਿਨਾਂ। ਜੀ ਜੀ ਓਕੇ। ਲਾਸਟ ਮੇਂ ਹਮਾਰੇ ਮਾਧਿਅਮ ਸੇ ਸਰਕਾਰ ਸੇ ਕਿਆ ਅਪੀਲ ਕਰਨਾ ਚਾਹੇਂਗੇ? ਸਰਕਾਰ ਸੇ ਤਾਂ ਅਸੀਂ ਇਹੀ ਅਪੀਲ ਕਰਨਾ ਚਾਹਤੇ ਹਾਂ ਵੀ ਛੇਤੀ ਤੋਂ ਛੇਤੀ ਗੁਰੂ ਆਏ ਅਤੇ ਨਸ਼ਿਆਂ 'ਚ ਡੁੱਬਦੀ ਹੋਈ ਦੁਨੀਆ ਨੂੰ ਅਤੇ ਬਚਾਏ, ਛੇਤੀ ਤੋਂ ਛੇਤੀ ਸਭ ਦਾ ਭਲਾ ਹੋਏ। ਜੀ ਜੀ ਹਾਂਜੀ, ਸਾਨੂੰ ਇਹੀ ਸਿਕਸ਼ਾ ਦੇਈ ਆ। ਜੀ ਥੈਂਕ ਯੂ ਸੋ ਮਚ ਸਰ ਜੀ ਨੇ। ਥੈਂਕ ਯੂ ਸੋ ਮਚ ਸਰ। ਤੋ ਇਹ ਰੀਅਲ ਫੈਕਟ ਸਮਾਜ ਕੇ ਰਹਿਣ ਵਾਲੇ ਲੋਕ ਬਤਾ ਰਹੇ ਔਰ ਮੰਗ ਕਰ ਰਹੇ ਹੈ ਸਮਾਜ ਕੇ ਬੀਚ ਜਲਦੀ ਸੇ ਜਲਦੀ ਸੈਂਟ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਇੰਸਾ ਜੀ ਕੋਲ ਆਇਆ ਜਾਏ, ਤਾਂ ਕਿ ਜੋ ਸਮਾਜ ਮੇਂ ਪਹਿਲੇ ਕੁਰੀਤੀਆਂ ਪਰ ਰੋਕ ਲਗਾਈ ਹੋਈ ਤੇ ਉਹ ਜੋ ਨਸ਼ਾ ਅੱਜ ਦਿਨ ਪ੍ਰਤੀ ਦਿਨ ਵਧਦਾ ਜਾ ਰਿਹਾ ਹੈ, ਬਿਮਾਰੀਆਂ ਵਧਦੀ ਜਾ ਰਹੀ ਹੈ, ਉਨ ਸਭਕੋ ਰੋਕਣੇ ਕੇ ਲੀਏ, ਉਨ ਸਭਕੋ ਖਤਮ ਕਰਨੇ ਕੇ ਲੀਏ ਸਮਾਜ ਆਜ ਉਨਕੀ ਮੰਗ ਕਰ ਰਿਹਾ ਹੈ। ਆਪਕੇ ਕਿਆ ਵਿਚਾਰ ਹੈ ਹਮੇਂ ਵੀਡੀਓ ਕੇ ਨੀਚੇ ਜ਼ਰੂਰ ਕਮੈਂਟ ਕਰਕੇ ਬਤਾਏ। ਸੱਚ ਕਾ ਸਾਥ ਦੇਣੇ ਕੇ ਲੀਏ ਇਸ ਚੈਨਲ ਕੋ ਜ਼ਰੂਰ ਸਬਸਕ੍ਰਾਈਬ ਕਰੇ। ਦੇਖਤੇ ਰਹੇ, ਜੁੜੇ ਰਹੇ ਦ ਫੈਕਟ ਏ ਕੇ ਸਾਥ। ਧੰਨਵਾਦ।